ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਕਿਵੇਂ ਹੋ ਸਾਰੇ? ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ। ਬੜੇ ਟਾਈਮ ਬਾਅਦ ਜਿਹੜੀ ਹੈ ਵੀਡੀਓ ਆਪਾਂ ਇਹ ਚੈਨਲ 'ਤੇ ਅਪਲੋਡ ਕਰਨ ਲੱਗੇ, 145-146 ਦਿਨਾਂ ਬਾਅਦ, ਅਤੇ ਉਹ ਵੀ ਦੂਜੇ ਚੈਨਲ 'ਤੇ ਧਿਆਨ ਦੇਈ ਜਾਈਦਾ, ਅਤੇ ਤਾਂ ਕਰਕੇ ਇਹਦੇ 'ਤੇ। ਅਤੇ ਬਾਕੀ ਦੱਸਿਓ ਵੀ ਕਿੰਨੇ ਕੁ ਜਿਹੜੇ ਆਪਣੇ ਨਾਲ ਪੁਰਾਣੇ ਜਿਹੜੇ ਜੁੜੇ ਹੋਏ ਆ, ਵੇਖਦੇ ਆ ਵੀਡੀਓ ਜਾਂ ਉਹਨਾਂ ਦੇ ਚੈਨਲ ਚੱਲਦੇ ਆ। ਮੈਂ ਤਾਂ ਮੰਨ ਲਓ ਇਹ ਚੈਨਲ ਨੂੰ ਨਾ ਮੈਂ ਦੇਖਾਂ, ਕੋਸ਼ਿਸ਼ ਕਰਾਂ, ਉੱਥੇ ਜਿੱਥੇ ਰੁਕਿਆ ਪਿਆ ਵਾ। ਮਤਲਬ 1000 ਸਬਸਕ੍ਰਾਈਬਰ ਉਹ ਨਾ ਨਤੀਜਾ ਇਹ ਸੀ ਚੈਨਲ ਨਾ ਗਰੋ ਹੋਣ ਦਾ, ਕਿਉਂਕਿ ਸ਼ੁਰੂ ਵਿੱਚ ਕਾਹਲੀ ਕੀਤੀ ਜਿਵੇਂ ਚੈਨਲ ਬਣਾਇਆ ਅੱਜ, ਅਤੇ 5-7 ਦਿਨ ਦੇਖਿਆ ਵੀ ਕੁਛ ਨਹੀਂ ਆਇਆ, ਵੀ ਉਹ ਨਹੀਂ ਆਉਂਦੇ ਹੈ ਨਾ, ਅਤੇ ਮਨ ਨੂੰ ਆਇਆ ਨਾ ਉਹ ਨਹੀਂ ਹੋਇਆ, ਤਸੱਲੀ ਜੀ ਨਹੀਂ ਹੋਈ ਵੀ ਯਾਰ ਵਿਊ ਆਉਣੇ ਚਾਹੀਦੇ ਸੀ। ਫਿਰ ਕੀ ਕੀਤਾ ਵੀ ਨਾ ਇੱਕ ਇਹਨਾਂ ਦਾ ਚੱਲਦੀਆਂ ਸੀ ਲਾਈਵ ਵੀਡੀਓ ਚੱਲਦੀ ਸੀ, ਉਹਦੇ 'ਚ ਚਾਹੀਦਾ ਸੀ, ਉਹਦੇ 'ਚ ਸਭ ਫੋਰ ਸਭ ਕਰਦੇ ਹੁੰਦੇ ਸੀ, ਸਬਸਕ੍ਰਾਈਬ ਦੂਜੇ ਨੂੰ ਕਰਤਾ, ਉਹਨੇ ਆਪਾਂ ਨੂੰ ਕਰਤਾ, ਇੱਦਾਂ ਦਾ ਕਰਕੇ ਨਾ ਅਸੀਂ ਕੁਛ ਕੁ ਦਿਨਾਂ ਵਿੱਚ ਹੀ 15-20 ਦਿਨਾਂ ਵਿੱਚ ਜਾਂ ਮਹੀਨੇ ਵਿੱਚ ਅਸੀਂ 1000 ਸਬਸਕ੍ਰਾਈਬਰ ਕਰ ਲਿਆ। ਅਤੇ ਉਹ 1000 ਸਬਸਕ੍ਰਾਈਬਰ ਕਰਕੇ ਨਾ ਅਤੇ ਚੱਲ ਛੱਡਤਾ, ਠੀਕ ਹੈ, ਵਿੱਚ ਵੀਡੀਓ ਫਿਰ ਅਪਲੋਡ ਕਰਨ ਲੱਗ ਗਏ। ਹੁਣ ਆਪਾਂ ਇੱਦਾਂ ਜਿਵੇਂ ਕਿਸੇ ਦਾ ਕਰਾਂਗੇ, ਇੱਕ ਤਾਂ ਆਪਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰੀਦਾ ਵੀ ਜਿਹਦੀ ਵੀਡੀਓ ਆਪਾਂ ਨੂੰ ਦੇਖਣੀ ਹੋਵੇ, ਚੰਗੀ ਲੱਗਦੀ ਆ। ਹੁਣ ਆਪਾਂ ਸਿਰਫ ਸਬਸਕ੍ਰਾਈਬਰ ਲੈਣ ਦੀ ਬਜਾਈ ਵੀ ਲੈਣੇ ਹੀ ਆ, ਅਤੇ ਵੀ ਭਾਅ 1000 ਪੂਰਾ ਕਰਨ ਦੀ ਖਾਤਰ ਹੀ ਆਪਾਂ ਸਬਸਕ੍ਰਾਈਬ ਕਰਤਾ ਅਤੇ ਉੱਧਰੋਂ ਲੈ ਲਿਆ, ਇੱਦਾਂ ਕਰਕੇ। ਫਿਰ ਨਾ ਆਪਾਂ ਕਿਸੇ ਦੀ ਵੀਡੀਓ ਦੇਖੀ, ਨਾ ਉਹਨਾਂ ਨੇ ਆਪਣੀ ਵੀਡੀਓ ਦੇਖੀ, ਕਿਸੇ ਨੂੰ ਕਿਸੇ ਬਾਰੇ ਕੋਈ ਨਹੀਂ, ਸਿਰਫ ਮਤਲਬ ਸੀ ਅਤੇ ਸਿਰਫ 1000 ਸਬਸਕ੍ਰਾਈਬਰ ਵਾਸਤੇ ਸੀ। ਅਤੇ ਉਹ ਇੱਦਾਂ ਹੀ ਕੱਟਦੇ ਕੱਟਦੇ ਆਪਣੇ ਆ ਗਏ, ਕਿੰਨੇ ਸਬਸਕ੍ਰਾਈਬਰ ਆ ਗਏ, 638 ਕੁ ਤੇ ਹੁਣ ਆ ਗਏ 1000 ਤੋਂ। ਆਪਾਂ ਨੇ ਕੀ ਕੀਤਾ, ਆਪਾਂ ਵੀ ਫਿਰ ਉਹੀ ਕੰਮ ਕੀਤਾ ਜਿਵੇਂ ਕੋਈ ਆਪਾਂ ਨੂੰ ਆਨ ਕਰੀ ਜਾਂਦਾ, ਆਪਾਂ ਵੀ ਫਿਰ ਜਦੋਂ ਇੱਕ ਵਾਰ ਨੋਟੀਫਿਕੇਸ਼ਨ ਪਤਾ ਨਹੀਂ ਕਿੰਨੀਆਂ ਆ ਜਾਂਦੀਆਂ ਸੀ, ਇੰਨੇ ਜ਼ਿਆਦਾ ਨੋਟੀਫਿਕੇਸ਼ਨ ਯੂਟਿਊਬ ਜੇ ਕੋਈ ਵੀ ਵੀਡੀਓ ਅਪਲੋਡ ਕਰਦਾ ਸੀ, ਆਪਾਂ ਨੇ ਕਰ ਦਿੱਤੇ ਅਨਸਬਸਕ੍ਰਾਈਬ ਜਿੰਨੇ ਆਉਂਦੇ ਸੀ ਜ਼ਿਆਦਾ, ਅਜੇ ਵੀ ਆਉਂਦੇ ਆ। ਫਿਰ ਹੁਣ ਜਿਵੇਂ ਜਿਵੇਂ ਕੋਈ ਟਾਈਮ ਲੱਗਦਾ ਫਿਰ ਆਪਾਂ ਅਨ ਮਾੜੇ ਮੋਟੇ ਕਰੀਏ, ਕਿਉਂਕਿ ਜਦੋਂ ਕਿਸੇ ਦੀ ਵੀਡੀਓ ਦੇਖਣੀ ਨਹੀਂ ਫਿਰ ਸਬਸਕ੍ਰਾਈਬ ਕਰਨ ਦਾ ਕੀ ਫਾਇਦਾ, ਹੈ ਨਾ। ਅਤੇ ਇਵੇਂ ਹੀ ਹੋਇਆ, ਅਤੇ ਉਹ ਇਹੀ ਕਾਰਨ ਬਣਿਆ ਵੀ ਐਂ ਹੋ ਗਿਆ ਵੀ ਸਾਨੂੰ ਛੇਤੀ ਛੇਤੀ ਗਰੋ ਕਰੀਏ ਚੈਨਲ, ਅਤੇ ਵੀ ਛੇਤੀ ਛੇਤੀ ਪੈਸੇ ਕਮਾਈਏ, ਬਸ ਆਹ ਚੱਕਰ ਬਣਿਆ। ਉਹਦੇ ਕਰਕੇ ਨਾ ਟਾਈਮ ਮਤਲਬ ਆਪਣਾ ਜਿਹੜਾ ਚੈਨਲ ਆ ਉਹ ਰੁਕ ਗਿਆ, ਫਿਰ ਉਦੋਂ ਬਾਅਦ ਚੈਨਲ ਉੱਠਿਆ ਹੀ ਨਹੀਂ। ਫਿਰ ਵਿੱਚੋਂ ਜੇ ਸਿਆਲਾਂ ਵਿੱਚ ਮੈਂ ਨਾ 2023 ਸਿਆਲਾਂ ਦੇ ਵਿੱਚ ਮੈਂ ਵੀਡੀਓ ਕੁਛ ਪਾਈਆਂ ਸੀ, ਕੋਈ ਵਿੱਚੋਂ 5-7 ਸਬਸਕ੍ਰਾਈਬਰ ਆਏ ਸੀ, ਕੋਈ 200 ਵਿਊ ਕਿਸੇ ਦੇ ਇੱਦਾਂ ਨੇੜੇ ਆਉਣ ਲੱਗ ਗਏ ਸੀ। ਅਤੇ ਹੁਣ ਮੈਂ ਕਿਹਾ ਵੀ ਚੱਲ ਹੁਣ ਫਿਰ ਵੀਡੀਓ ਅਪਲੋਡ ਕਰਿਆ ਕਰਾਂਗੇ, ਪਰ ਟਾਈਮ ਨਹੀਂ ਲੱਗਦਾ, ਦੂਜੇ ਚੈਨਲ 'ਤੇ ਵੱਧ ਧਿਆਨ ਦੇਈਦਾ, ਕਿਉਂਕਿ ਐਂ ਹੁੰਦਾ ਵੀ ਯਾਰ ਇਹਦੇ 'ਤੇ ਜਿਹੜੇ ਚੈਨਲ 'ਤੇ ਲੱਗੇ ਹੋਏ ਨਾ ਉਹਦੇ 'ਤੇ ਵੀਡੀਓ ਅਪਲੋਡ ਕਰੀਏ, ਕਿਉਂ ਇਹ ਨਾ ਹੋਵੇ ਵੀ ਕੋਈ ਚੰਗੀ ਵੀਡੀਓ ਇਹਦੇ 'ਤੇ ਅਪਲੋਡ ਹੋ ਜਾਵੇ ਅਤੇ ਉਹ ਰਹੇ, ਫਿਰ ਮਨ ਵਿੱਚ ਵਹਿਮ ਜਿਹਾ ਰਹਿੰਦਾ, ਬਾਕੀ ਹੁੰਦਾ ਤਾਂ ਇੱਦਾਂ ਦਾ ਕੁਛ ਨਹੀਂ। ਅਤੇ ਇਹ ਚੱਕਰ ਪੈ ਗਿਆ, ਠੀਕ ਹੈ, ਚੈਨਲ ਨਾ ਗਰੋ ਹੋਣ ਕਰਕੇ ਸਿਰਫ ਪੁੱਠੇ ਪੰਗਿਆਂ ਨੂੰ ਕੰਮ ਪੈ ਗਿਆ। ਇੱਧਰੋਂ ਮੈਂ ਤੁਹਾਨੂੰ ਦਿਖਾਉਣਾ ਪੱਛਮ ਵੱਲ ਦੀ ਨਾ ਬੜਾ ਸੋਹਣਾ ਬੱਦਲ ਚੜ੍ਹ ਕੇ ਆ ਗਿਆ ਵਾ, ਅਤੇ ਮੀਂਹ ਆਵੇ, ਗਰਮੀ ਬਹੁਤ ਪੈਂਦੀ ਵੀ, ਮੈਂ ਘੱਟੋ ਘੱਟ 11 ਵੱਜ ਚੁੱਕੇ ਆ ਅਤੇ ਮੈਂ ਕੋਠੇ 'ਤੇ ਖੜ੍ਹ ਕੇ ਵੀਡੀਓ ਬਣਾਉਂਦਾ ਪਿਆ ਹੈਗਾ। ਮੈਂ ਸਹੁਰਿਆਂ ਦੇ ਪਿੰਡ ਰੱਖੜੀ ਕਰਕੇ ਇੱਥੇ ਆਏ ਸੀ, ਅਤੇ ਇੱਧਰ ਅੱਜ ਮੇਲਾ ਵੀ ਆ, ਵਣ ਪੀਰ ਆ ਇੱਧਰ, ਉੱਥੇ ਮੇਲਾ ਅੱਜ ਲੱਗਿਆ, ਆਵਾਜ਼ ਵੀ ਆਉਂਦੀ ਵਿੱਚ, ਸਪੀਕਰ ਚੱਲਦਾ ਵਾ, ਅਤੇ ਆਹ ਪਤਾ ਨਹੀਂ ਹੁਣ ਕਦੋਂ ਆਊਗਾ, ਆਵੇ ਬਸ ਨਾ ਬੱਦਲ ਜਾਂ ਬਹੁਤ ਚੜਿਆ ਆਉਂਦਾ ਅਤੇ ਇਹ ਆਵੇ, ਅਤੇ ਨਜ਼ਾਰਾ ਆ ਜੂਗਾ, ਠੰਡਾ ਮੌਸਮ ਹੋ ਜਾਊਗਾ, ਗਰਮੀ ਬਹੁਤ ਸੀ, ਰਾਤ ਤਾਂ ਸੁੱਤੇ ਏਸੀ ਦੇ ਵਿੱਚ, ਚਾਚੇ ਨਾਲ ਲਵਾ ਲਿਆ ਉੱਧਰ ਏਸੀ, ਠੀਕ ਹੈ, ਘਰੇ ਵੀ ਚਾਚੇ ਨਾਲ ਲਵਾ ਲਿਆ, ਇੱਥੇ ਸਹੁਰਿਆਂ 'ਤੇ ਵੀ ਚਾਚੇ ਨਾਲ ਲਵਾ ਲਿਆ ਏਸੀ, ਅਤੇ ਰਾਤ ਉੱਥੇ ਸੁੱਤੇ ਸੀ।
ਤੇ ਬਾਕੀ ਦੱਸਿਓ ਕਿਹੜੇ ਕਿਹੜੇ ਪੁਰਾਣੇ ਹੈਗੇ ਆ ਆਪਣਾ ਚੈਨਲ ਜਿਹਨਾਂ ਕੋਲ ਵੀਡੀਓ ਪਹੁੰਚਦੀ ਆ ਉਹ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਆਪਾਂ ਵੀ ਦੇਖਾਂਗੇ ਕਿਵੇਂ ਉਹਨਾਂ ਦੀਆਂ ਵੀਡੀਓ ਕਿੱਥੋਂ ਤੱਕ ਪਹੁੰਚਿਆ ਉਹਨਾਂ ਦਾ ਚੈਨਲ ਵੀ ਅਤੇ ਆਪਣਾ ਤਾਂ ਚੱਲ ਦੇਸੀ ਜਾਣਾ ਵੀ ਕਿੱਥੋਂ ਤੱਕ ਪਹੁੰਚਿਆ ਠੀਕ ਹੈ ਅਤੇ ਫਿਰ ਇਹੀ ਹੈ ਵੀ ਸਾਰੇ ਮਿਹਨਤ ਕਰੋ ਵੱਧ ਤੋਂ ਵੱਧ ਆਹ ਚੱਕਰਾਂ 'ਚ ਅਜੇ ਵੀ ਪਏ ਹੋਏ ਨਾ ਵੀ ਸਬਸਕ੍ਰਾਈਬਰ ਲੈ ਲਈਏ ਅਤੇ ਮਤਲਬ ਸਬਸਕ੍ਰਾਈਬਰ 1000 ਪੂਰਾ ਕਰਨ ਦੇ ਚੱਕਰ ਵਿੱਚ ਅਜੇ ਵੀ ਉਵੇਂ ਪਏ ਹੋਏ ਨਾ ਅਤੇ ਉਹ ਛੱਡ ਦਿਓ ਬਹੁਤ ਮਤਲਬ ਚੈਨਲ ਨਾ ਨੀਵਾਂ ਜਾਊਗਾ ਅਤੇ ਉਹਦਾ ਕੋਈ ਫਾਇਦਾ ਹੈ ਨਹੀਂਗਾ ਕਰਕੇ ਵੇਖਿਆ ਅਸੀਂ ਉਸ ਤੋਂ ਬਾਅਦ ਆਪਾਂ ਇਹ ਕੰਮ ਕੀਤਾ ਨਹੀਂ ਆਪਾਂ ਤਾਂ ਕਿਸੇ ਨੂੰ ਨਾ ਨਵੇਂ ਚੈਨਲ ਬਣਾਏ ਸੀ ਮੈਂ ਉਦੋਂ ਬਾਅਦ ਆਪਾਂ ਕਿਸੇ ਨੂੰ ਇਹ ਵੀ ਨਹੀਂ ਦੱਸਿਆ ਵੀ ਆਪਣਾ ਚੈਨਲ ਵੀ ਹੈਗਾ ਵੀ ਜਾਂ ਸਬਸਕ੍ਰਾਈਬ ਕਰ ਲਓ ਜਾਂ ਕਿੱਦਾਂ ਇੱਦਾਂ ਤਾਂ ਗੱਲ ਕਰਨੀ ਕੀ ਪਰ ਉਹ ਚੈਨਲ ਵਧੀਆ ਚੱਲੇ ਹੁਣ ਜਿਹੜਾ ਚੈਨਲ ਹੁਣ ਮੇਰਾ ਚੱਲੀ ਜਾਂਦਾ 200 ਤੋਂ ਉੱਪਰ ਸਬਸਕ੍ਰਾਈਬਰ ਆ ਅਤੇ ਇਹਦੇ ਉਦੋਂ ਪਹਿਲਾਂ ਇੱਕ ਚਲਾਇਆ ਸੀ ਚਲੋ ਜਿਹੜਾ ਡਿਲੀਟ ਕਰਤਾ 1000 ਸਬਸਕ੍ਰਾਈਬਰ ਉਹਦਾ ਹੋ ਗਿਆ ਸੀ ਆਪਾਂ ਕਿਸੇ ਨੂੰ ਦੱਸਿਆ ਤੱਕ ਨਹੀਂ ਇਹ ਆਪਣੇ ਆਪ ਹੈ ਵੀਡੀਓ ਬਸ ਨਾ ਆਪਣਾ ਕੰਮ ਇਹ ਹੋਣਾ ਚਾਹੀਦਾ ਵੀਡੀਓ ਸ਼ੂਟ ਕਰੋ ਐਡੀਟਿੰਗ ਕਰੋ ਅਪਲੋਡ ਕਰ ਦਿਓ ਟਾਈਟਲ ਵਗੈਰਾ ਲਾ ਕੇ ਜੋ ਵੀ ਬਸ ਇਹ ਤੋਂ ਬਾਅਦ ਆਪਣਾ ਕੰਮ ਖਤਮ ਆ ਇੰਨੀ ਮਿਹਨਤ ਆਪਾਂ ਕਰ ਲਈ ਬਹੁਤ ਆ ਇਦੋਂ ਅਗਾਂ ਧੱਕੇ ਨਾਲ ਸਬਸਕ੍ਰਾਈਬਰ ਲੈਣ ਦੀ ਕੋਸ਼ਿਸ਼ ਨਾ ਕਰੋ ਇਹ ਚੱਕਰ 'ਚ ਆਪਾਂ ਜਾਂਦੇ ਹਾਂ ਫਾਸ ਠੀਕ ਹੈ ਇਹਦੇ ਵਿੱਚ ਫਿਰ ਆਪਣਾ ਚੈਨਲ ਜਿਹੜਾ ਗਰੋ ਨਹੀਂ ਚੰਗੀ ਤਰ੍ਹਾਂ ਕਰਦਾ ਅਤੇ ਇੱਕ ਪਸੀਨਾ ਆਈ ਜਾਂਦਾ ਵਾ ਵਾਧੂ ਅਤੇ ਬਸ ਆਹੀ ਗੱਲਾਂ ਕਰਨੀਆਂ ਸੀ ਅਤੇ ਬਸ ਹੁਣ ਇਹਦੀ ਅਡੀਕ ਕਰੀਏ ਆਵੇ ਅਤੇ ਠੀਕ ਆ ਅਤੇ ਅੱਜ ਦੀ ਵੀਡੀਓ ਆਪਣੀ ਇਹੀ ਸੀ ਦੇਖਦੇ ਆ ਕਿਵੇਂ ਵੀਡੀਓ ਬਣਾਉਣੀ ਜਾਂ ਨਹੀਂ ਬਣਾਉਣੀ ਜਾਂ ਕਿਵੇਂ ਕੀ ਹੁੰਦਾ ਇਹਦੇ 'ਤੇ ਆਇਆ ਕਰੂ ਜਾਂ ਨਹੀਂ ਆਇਆ ਕਰੂ ਆ ਪੱਕਾ ਨਹੀਂ ਕਹਿੰਦੇ ਇੱਕ ਚੈਨਲ 'ਤੇ ਆਪਣੀ ਡੇਲੀ ਵੀਡੀਓ ਆ ਰਹੀ ਹੈ ਠੀਕ ਹੈ ਅਤੇ ਚਲੋ ਠੀਕ ਆ ਅੱਜ ਦੀ ਵੀਡੀਓ ਇੱਥੇ ਤੱਕ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਕਰੋ ਲਾਈਕ ਅਤੇ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ